ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬੁਟੀਕ ਐਂਡ ਬਲੌਗਸ ਵਿੱਚ। ਅੱਜ ਦੀ ਵੀਡੀਓ ਵਿੱਚ ਸ਼ਿਮਲ ਸਟੱਫ ਦੇ ਸੂਟ ਹੈ ਜੀ, ਬਹੁਤ ਸੋਹਣੇ ਆਲ ਓਵਰ ਸੂਟ ਹੈ, ਪ੍ਰਿੰਟਡ ਬਹੁਤ ਵਧੀਆ ਪ੍ਰਿੰਟ ਹੈ ਜੀ। ਅਤੇ ਸਟੱਫ ਇਹ ਤਾਂ ਬਹੁਤ ਹੀ ਵਧੀਆ ਹੁੰਦਾ ਜੀ, ਨਾ ਇਹਦੇ 'ਚ ਵਲ ਪੈਂਦੇ ਆ, ਅਤੇ ਸ਼ਾਈਨਿੰਗ ਵਾਲਾ ਸਟੱਫ ਹੈ ਜੀ, ਅਤੇ ਬਿਲਕੁਲ ਸੋਫਟ ਹੈ ਜੀ, ਚੁੱਭਣ ਵਾਲਾ ਸਟੱਫ ਨਹੀਂ ਹੈਗਾ ਜੀ, ਠੀਕ ਹੈ ਜੀ। ਅਤੇ ਇਹਨਾਂ ਨਾਲ ਤੁਸੀਂ ਦੁਪੱਟਾ ਕੋਈ ਵੀ ਰੈਡੀ ਕਰਵਾ ਸਕਦੇ ਹੋ, ਕਈ ਵਾਰ ਘਰ ਪਏ ਹੁੰਦੇ ਆ ਜੀ, ਉਹ ਵੀ ਤੁਸੀਂ ਲਗਾ ਸਕਦੇ ਹੋ ਦੁਪੱਟੇ, ਦਿਖਾਉਂਦੇ ਆ। ਹਾਂਜੀ ਇਹ ਦੇਖੋ, ਪ੍ਰਿੰਟ ਬਹੁਤ ਸੋਹਣਾ ਜੀ, ਮਸਟਰਡ ਕਲਰ ਦੇ ਵਿੱਚ, ਅਤੇ ਪ੍ਰਿੰਟ ਦੀ ਡਿਜ਼ਾਇਨਿੰਗ ਬਹੁਤ ਸੋਹਣੀ ਹੈ ਜੀ। ਅਤੇ ਇਹਦੇ ਨਾਲ ਤੁਸੀਂ ਜਿਵੇਂ ਰਸਟ ਕਲਰ ਦਾ ਦੁਪੱਟਾ ਹੋ ਗਿਆ, ਔਫ ਵਾਈਟ ਸਕਿਨ ਕਲਰ ਦਾ ਹੋ ਗਿਆ ਜੀ, ਜਾਂ ਮਸਟਰਡ ਕਲਰ ਦਾ ਲਗਾ ਸਕਦੇ ਹੋ ਤੁਸੀਂ, ਉਹ ਤੁਹਾਡੀ ਆਪਣੀ ਚੋਇਸ ਹੈ ਜੀ। ਬਹੁਤ ਸੋਹਣਾ ਸਟੱਫ ਹੈ ਜੀ, SK ਬ੍ਰਾਂਡ ਦਾ ਸੂਟ ਹੈ ਜੀ, ਬਹੁਤ ਵਧੀਆ, ਠੀਕ ਹੈ ਜੀ। ਪੂਰਾ ਸੂਟ ਹੈ ਜੀ ਇਹ, 5 ਮੀਟਰ ਅਤੇ 2000 ਪ੍ਰਾਈਸ ਰਹੇਗਾ ਜੀ ਸੂਟ ਦਾ। ਇਹਦੇ ਵਿੱਚ ਡਿਜ਼ਾਇਨਿੰਗ ਕਲਰ ਦਿਖਾਉਂਦੇ ਹਾਂ ਜੀ ਤੁਹਾਨੂੰ। ਹਾਂਜੀ ਇੱਕ ਕਲਰ ਇਹ ਹੈ ਜੀ, ਇਹਦੇ ਵਿੱਚ ਸਕਿਨ ਕਲਰ ਦੇ ਵਿੱਚ ਹੈ ਜੀ, ਇਹਦੇ ਵਿੱਚ ਵੀ ਕਲਰ 3-4 ਹੈ ਜੀ, ਡਿਜ਼ਾਇਨਿੰਗ ਸੇਮ ਰਹੇਗੀ ਜੀ, ਸਿਰਫ ਕਲਰ ਚੇਂਜ ਹੈ ਜੀ, ਠੀਕ ਹੈ ਜੀ। 2000 ਪ੍ਰਾਈਸ ਹੈ ਜੀ। ਹਾਂਜੀ ਇੱਕ ਮਹਿੰਦੀ ਗ੍ਰੀਨ ਕਲਰ ਹੈ ਜੀ, ਇਹਦੇ ਵਿੱਚ ਬਹੁਤ ਸੋਹਣਾ ਸੂਟ ਹੈ ਜੀ, ਇੱਦਾਂ ਦੇ ਪਹਿਲਾਂ ਮਸ਼ਲੀਨ ਕੋਟਨ ਦੇ ਵਿੱਚ ਵੀ ਵੇਚੇ ਆ, ਇੱਥੇ ਦੀ ਡਿਜ਼ਾਇਨਿੰਗ ਦੇ ਵਿੱਚ ਬਹੁਤ ਸੋਹਣਾ ਲੱਗਦਾ ਜੀ, ਪਾਈਪਿੰਗ ਜਾਂ ਲੈਸ਼ ਲਗਾ ਕੇ ਬਹੁਤ ਵਧੀਆ ਡਿਜ਼ਾਇਨ ਬਣ ਜਾਂਦਾ ਜੀ ਸੂਟ ਦਾ। ਇਹ ਗ੍ਰੀਨ ਕਲਰ ਦੇ ਵਿੱਚ ਫਲਾਵਰਾਂ ਦੇ ਵਿੱਚ ਹੈ ਜੀ, ਇਹ ਸੂਟ ਬਹੁਤ ਸੋਹਣਾ ਜੀ, ਡਿਜ਼ਾਇਨ ਵੀ ਬਹੁਤ ਸੋਹਣਾ ਜੀ ਇਹਦਾ, ਵੱਡੇ ਫਲਾਵਰਾਂ ਦੇ ਵਿੱਚ, ਛੋਟੇ ਫਲਾਵਰਾਂ ਜੀ। ਹਾਂਜੀ ਇਹ ਪ੍ਰਿੰਟ ਹੈ ਜੀ, ਇਹ ਵੀ ਪ੍ਰਿੰਟ ਬਹੁਤ ਸੋਹਣਾ ਜੀ, ਜਿਵੇਂ ਗਰਲਸ ਵੀ ਬਣਵਾ ਸਕਦੀਆਂ ਅਤੇ ਵੱਡੇ ਵੀ ਬਣਵਾ ਸਕਦੇ, ਜਿਵੇਂ ਮੰਮੀਆਂ ਲਈ ਇਹ ਜਿਵੇਂ ਸਕਿਨ ਕਲਰ ਦਾ ਦੁਪੱਟਾ ਲੱਗ ਜਾਏਗਾ ਜੀ, ਬਹੁਤ ਸੋਹਣਾ ਬਣ ਕੇ ਰੈਡੀ ਹੋਏਗਾ ਜੀ ਸੂਟ, ਇਹ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਇਹਦੀ, ਅਤੇ ਕਲਰ ਵੀ ਬਹੁਤ ਸੋਹਣਾ, ਅਤੇ ਸਟੱਫ ਤਾਂ ਬਹੁਤ ਵਧੀਆ ਹੈ ਜੀ ਇਹ। ਹਾਂਜੀ ਜੋ ਤੁਹਾਨੂੰ ਮਸਟਰਡ ਦਿਖਾਇਆ ਉਹਦੇ ਵਿੱਚ ਇਹ ਕਲਰ ਹੈ ਜੀ, ਇਹ ਵੀ ਕਲਰ ਬਹੁਤ ਸੋਹਣਾ ਹੈ ਜੀ। ਇਹਦੇ ਵਿੱਚ ਡਾਰਕ ਗਾਜਰ ਕਲਰ ਹੈ ਜੀ, ਕਲਰ ਸਾਰੇ ਹੀ ਬਹੁਤ ਵਧੀਆ, ਇੱਕ ਤੋਂ ਇੱਕ ਕਲਰ ਹੈ ਜਿਹਦੇ ਨਾਲ ਤੁਹਾਡੇ ਕੋਲ ਦੁਪੱਟੇ ਪਾਏ ਆ, ਤੁਸੀਂ ਲੈ ਸਕਦੇ ਹੋ ਆਪਣੀ ਚੋਇਸ ਦਾ, ਇਹਦੇ ਨਾਲ ਹਰੇਕ ਦੁਪੱਟਾ ਚੱਲ ਜਾਏਗਾ ਜੀ, ਰੈੱਡ ਵੀ ਚੱਲ ਜਾਏਗਾ, ਸਕਿਨ ਵੀ ਚੱਲ ਜਾਏਗਾ ਜੀ, ਠੀਕ ਹੈ ਜੀ। ਅਤੇ ਇਹ ਗਾਜਰੀ ਕਲਰ ਹੋ ਗਿਆ, ਚੈਰੀ ਕਲਰ ਹੋ ਗਿਆ, ਉਹ ਵੀ ਦੁਪੱਟਾ ਬਹੁਤ ਸੋਹਣਾ ਲੱਗੇਗਾ ਜੀ। ਹਾਂਜੀ ਇੱਕ ਇਹ ਕਲਰ ਹੈ ਜੀ, ਇਹ ਬੋਟਲ ਗ੍ਰੀਨ ਕਲਰ ਹੈ ਜੀ, ਬਹੁਤ ਸੋਹਣਾ ਕਲਰ ਹੈ ਜੀ, ਇਹ ਵੀ ਛੋਟੇ ਫਲਾਵਰ ਦੇ ਵਿੱਚ ਹੈ ਜੀ ਇਹ, ਠੀਕ ਹੈ ਜੀ, ਇਹ ਵੀ ਡਿਜ਼ਾਇਨਿੰਗ ਬਹੁਤ ਸੋਹਣੀ ਹੈ, ਸਟੱਫ ਬਹੁਤ ਵਧੀਆ ਜੀ, ਤੁਸੀਂ ਯੂਜ ਕਰਕੇ ਦੇਖ ਸਕਦੇ ਹੋ, ਸਟੱਫ ਬਹੁਤ ਵਧੀਆ ਸਟੱਫ ਹੈ ਜੀ। ਇਹ ਕਾਫੀ ਸੂਟਸ ਹੈ ਜੀ, ਜਿਵੇਂ ਕਿ ਇੱਕ ਦੋ ਦੋ ਸੂਟ ਰਹਿ ਗਏ ਜੀ ਇਹਨਾਂ ਵਿੱਚੋਂ, ਹੁਣ 10-10 ਸੂਟਾਂ ਦਾ ਹੀ ਰੋਲ ਹੁੰਦਾ ਹੈ ਜੀ। ਹਾਂਜੀ ਇੱਕ ਵੱਡੇ ਫਲਾਵਰ ਦੇ ਵਿੱਚ ਸੂਟ ਹੈ ਜੀ, ਇਹ ਵੀ ਡਿਜ਼ਾਇਨ ਬਹੁਤ ਸੋਹਣਾ ਹੈ ਜੀ। ਹਾਂਜੀ ਇੱਕ ਲਵੈਂਡਰ ਕਲਰ ਦੇ ਵਿੱਚ ਹੈ ਜੀ ਡਿਜ਼ਾਇਨ, ਜੋ ਤੁਹਾਨੂੰ ਅੱਗੇ ਦਿਖਾਇਆ ਮੋਰ ਪੰਖੀ ਦੇ ਵਿੱਚ, ਇਹ ਲਵੈਂਡਰ ਕਲਰ ਦੇ ਵਿੱਚ ਹੈ ਜੀ, ਸੇਮ ਡਿਜ਼ਾਇਨ ਹੈ, ਸਿਰਫ ਕਲਰ ਚੇਂਜ ਹੈ ਜੀ, ਗ੍ਰੇ ਕਲਰ ਦੇ ਵਿੱਚ, ਤਿੰਨ ਕਲਰ ਆਉਂਦੇ ਸੀ ਡਿਜ਼ਾਇਨ ਦੇ ਵਿੱਚ।
ਹਾਂਜੀ ਸੀ ਗ੍ਰੀਨ ਦੇ ਵਿੱਚ ਹੈ ਜੀ, ਇਹ ਵੀ ਪ੍ਰਿੰਟ ਬਹੁਤ ਸੋਹਣਾ ਜੀ। ਦੁਪੱਟੇ ਨਾਲ ਵੀ ਰੈਡੀ ਕੀਤੇ ਹੈ, ਜਿਵੇਂ ਦੁਪੱਟੇ ਨਾਲ ਵੀ ਮੰਗਵਾਏ ਸੀ, ਸੇਮ ਕਲਰ ਦਾ ਇੱਦਾਂ ਦਾ ਦੁਪੱਟਾ ਹੈ ਜੀ, ਅਤੇ ਪਲੇਨ ਬੋਟਮ ਹੈ ਜੀ, ਅਤੇ ਇਹ ਪੂਰੇ ਸੂਟ ਵੀ ਹੈ ਜੀ। ਠੀਕ ਹੈ ਜੀ, ਇਹ ਵੀ ਕਲਰ ਅਤੇ ਇਹ ਵੀ ਡਿਜ਼ਾਇਨ ਬਹੁਤ ਸੋਹਣਾ, ਕਲਰ ਵੀ ਬਹੁਤ ਵਧੀਆ ਹੈ ਜੀ। ਠੀਕ ਹੈ ਜੀ, ਪ੍ਰਿੰਟ ਬਹੁਤ ਸੋਹਣਾ ਹੈ ਜੀ, ਅਤੇ ਸਟੱਫਾਂ ਬਹੁਤ ਵਧੀਆ ਹੈ ਜੀ। ਠੀਕ ਹੈ ਜੀ, ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।